ਇਹਦਾ ਸਟੀਅਰਿੰਗ ਹੈ ਆਹ, ਇੱਧਰ ਨੂੰ ਕੱਟੂਗਾ ਇੱਧਰ ਕੱਟ ਹੋਣਾ, ਇੱਧਰ ਕੱਟੂਗਾ ਇੱਧਰ ਕੱਟ ਹੋਣਾ। ਜੇ ਅਸੀਂ ਰਿਵਰਸ ਗੇਅਰ, ਇਹ ਗੇਅਰ ਹੈ ਇਹਦਾ, ਇਹ ਲੋਕ ਹੈ, ਇਹ ਲੋਕ ਖੋਲ ਲਿਆ, ਇਹ ਗੇਅਰ ਲੱਗ ਗਿਆ ਪਹਿਲਾ ਦੂਆ, ਇਹ ਨਿਊਟਰਲ ਆ ਉਰੇ, ਇਹ ਸਾਈਡ ਪਹਿਲੇ ਦੇ ਸਾਹਮਣੇ ਨਿਊਟਰਲ ਹੈ। ਜੇ ਅਸੀਂ ਇੱਧਰ ਨੂੰ ਕਰੂੰਗੇ ਇਹ ਬੈਕ, ਇੱਕ ਦੋ ਦੋ ਗੇਅਰ ਹੈ ਡੈਫਿੰਗ ਦੇ। ਆਹ ਇਹਦਾ ਐਕਸੀਲੇਟਰ ਹੈ, ਐਕਸੀਲੇਟਰ ਇਹਦਾ ਬ੍ਰੇਕ ਨਾਲ ਕੰਟਰੋਲ ਹੈ, ਡੋਜ਼ਰ ਮੰਗਣਾ ਉੱਪਰ ਨੂੰ ਛੱਡੂਗੇ ਤਾਂ ਰੇਸ ਵਧਣੀ ਹੈ, ਥੱਲੇ ਨੂੰ ਇੱਦਾਂ ਬ੍ਰੇਕ ਮੰਗਣਾ ਦੱਬੂਗੇ ਤਾਂ ਰੇਸ ਘਟਣੀ ਹੈ। ਆ ਗਏ ਸਮਝ? ਇਹ ਐਕਸੀਲੇਟਰ ਘੱਟ ਕਰ ਦਿਓ ਜਾਂ ਉਹਨੂੰ ਉਧਰਾ ਜਾ ਲੀਵਰਾਂ ਨਾਲ ਜਾ। ਆਹ ਬ੍ਰੇਕਾਂ ਇਹਦੀਆਂ ਦੋ, ਜੇ ਇਹ ਕੰਮ ਨਾ ਕਰੇ ਤਾਂ ਥੋੜ੍ਹੀ ਜਿਹੀ ਬ੍ਰੇਕ ਦੱਬ ਕੇ ਇੱਦਾਂ ਕਟਿੰਗ ਕਰ ਲਓ, ਜੇ ਇੱਧਰਲਾ ਪੈਡਲ ਨਹੀਂ ਕਰਦਾ ਇੱਧਰਲੀ ਬ੍ਰੇਕ ਥੋੜ੍ਹਾ ਜਿਹਾ ਪੈਰ ਰੱਖ ਕੇ ਇੱਦਾਂ ਕਟਿੰਗ ਕਰ। ਆਹ ਇਹਦੇ ਹੈਗੇ ਬੂਮ ਦੇ ਔਰ ਰੋਪ ਦੇ ਲੀਵਰ। ਇਹ ਜਿਹੜਾ ਹੱਥ ਹੈ ਇਹ ਹੱਥ ਹੈਗਾ ਬੂਮ ਦਾ, ਬੂਮ ਡਾਊਨ ਥੱਲੇ ਨੂੰ ਮਾਰੇ ਦੇ, ਇਹ ਬੂਮ ਅੱਪ, ਇਹ ਰੋਪ ਡਾਊਨ, ਇਹ ਅੱਪ ਉੱਪਰ ਨੂੰ। ਆਹ ਇਹਦੀ ਹੈਂਡ ਬ੍ਰੇਕ ਹੈ, ਆਹ ਇਹਦਾ ਕਾਊਂਟਰ ਵੇਟ ਹੈ, ਇੱਦਾਂ ਆਹ ਕਾਊਂਟਰ ਵੇਟ ਚੱਲਿਆ ਜੀ ਥੱਲੇ ਨੂੰ, ਇਹਦਾ ਥੱਲੇ ਨੂੰ ਰੱਬ ਕੇ ਰੱਖਣਾ ਕਾਊਂਟਰ ਵੇਟ ਚੱਲ ਗਿਆ ਜੀ। ਬ੍ਰੇਕ ਥੋੜ੍ਹੀ ਜਿਹੀ ਦੱਬ ਕੇ ਪੈਰਾਂ ਨਾਲ ਤਾਂ ਬ੍ਰੇਕ।